ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਅਸੀਂ ਐਵੇਂ ਮੁੱਚੀ ਦਾ ਕੁਝ ਵੀ ਨਹੀਂ ਚਾਹੁੰਦੇ, ਅਸੀਂ ਐਵੇਂ ਮੁੱਚੀ ਦਾ ਕੁਝ ਵੀ ਨਹੀਂ ਚਾਹੁੰਦੇ ਜਿਸ ਤਰ੍ਹਾਂ ਸੂਰਜ, ਹਵਾ ਤੇ ਬੱਦਲ ਘਰਾਂ ਤੇ ਖੇਤਾਂ ਵਿੱਚ ਰਹਿੰਦੇ ਹਨ ਸਾਡੇ ਅੰਗ ਸੰਗ। ਅਸੀਂ ਉਸੇ ਤਰ੍ਹਾਂ ਹੀ ਹਕੂਮਤਾਂ, ਵਿਸ਼ਵਾਸਾਂ ਅਤੇ ਖੁਸ਼ੀਆਂ ਨੂੰ ਆਪਣੇ ਨਾਲ ਨਾਲ ਤੱਕਣਾ ਚਾਹੁੰਦੇ ਹਾਂ। ਡਾਢਿਓ, ਅਸੀਂ ਸਾਰਾ ਕੁਝ ਸੱਚੀ ਮੁੱਚੀ ਦਾ ਦੇਖਣਾ ਚਾਹੁੰਦੇ ਹਾਂ। ਇਹ ਪਾਸ਼ ਹੈ ਸਾਡਾ, ਪਾਸ਼ ਪੰਜਾਬੀਆਂ ਦਾ, ਪਾਸ਼ ਤੇ ਕਿਰਤੀਆਂ ਦਾ। ਪਾਸ਼ 9 ਸਤੰਬਰ ਨੂੰ ਪਾਸ਼ ਦਾ ਜਨਮ ਦਿਨ ਹੈ। ਵੈਸੇ ਤਾਂ ਪਾਸ਼ ਸਾਰੀ ਦੁਨੀਆ ਦਾ ਸੀ, ਪਰ ਬਾਇਓਲੋਜੀਕਲ ਤੌਰ ਤੇ ਉਸਦੇ ਪਰਿਵਾਰ ਵਿੱਚ ਉਹਦੀ ਧੀ ਹੈ ਵਿੰਕਲ। ਅੱਜ ਅਸੀਂ ਤੁਹਾਨੂੰ ਵਿੰਕਲ ਦੇ ਰੂਬਰੂ ਕਰਾਉਂਦੇ ਹਾਂ, ਅਸੀਂ ਵਿੰਕਲ ਨਾਲ ਗੱਲਬਾਤ ਕਰਾਂਗੇ। ਵਿੰਕਲ ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਿੰਕਲ, ਪਾਸ਼ ਜਿਸ ਤਰ੍ਹਾਂ ਬਹੁਤ ਵੱਡਾ ਕਵੀ ਸੀ, ਬਹੁਤ ਵੱਡਾ ਵਿਚਾਰਕ ਸੀ, ਅਸੀਂ ਕਿਉਂਕਿ ਉਹ ਇੰਨੀ ਨਾਯਾਬ ਹਸਤੀ ਸੀ, ਅਸੀਂ ਇਸ ਕਰਕੇ ਉਹਨੂੰ ਸਿੰਗੂਲਰ ਚ ਹੀ ਵਰਤ ਰਹੇ ਹਾਂ। ਇਹਦਾ ਤੁਸੀਂ ਗੁੱਸਾ ਨਾ ਕਰਿਓ, ਕਿਉਂਕਿ ਉਹ ਤੁਹਾਡੇ ਪਾਪਾ ਨੇ। ਤੁਸੀਂ ਆਪਣੇ ਪਾਪਾ ਨਾਲ ਕਿਸ ਤਰ੍ਹਾਂ ਰਿਲੇਟ ਕਰਦੇ ਹੋ, ਜਿਨ੍ਹਾਂ ਨੂੰ ਗਿਆ 3 ਦਹਾਕੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ, ਪਰ ਲੋਕਾਂ ਦੇ ਖਿਆਲਾਂ ਵਿੱਚ, ਲੋਕਾਂ ਦੇ ਮਨਾਂ ਵਿੱਚ ਉਹ ਇਸ ਤਰ੍ਹਾਂ ਜਿਉਂਦੇ ਨੇ ਜਿਵੇਂ ਮਗਦੇ ਹੋਣ, ਖੂਨ ਚ ਜਿਵੇਂ ਮਗਦੇ ਤੁਰ ਰਹੇ ਹੋਣ, ਉਹ ਕਵਿਤਾ, ਉਹਨਾਂ ਦੀ ਕਵਿਤਾ ਇਸ ਤਰ੍ਹਾਂ ਲੋਕਾਂ ਦੇ ਖੂਨ ਚ ਜਿਉਂਦੀ ਹੈ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਕਿ ਤੁਸੀਂ ਅਵਤਾਰ ਸਿੰਘ ਪਾਸ਼ ਜੋ ਤੁਹਾਡੇ ਪਾਪਾ ਸਨ, ਪਾਪਾ ਨੇ, ਉਹਨਾਂ ਨਾਲ ਕਿਸ ਤਰ੍ਹਾਂ ਰਿਲੇਟ ਕਰਦੇ ਹੋ? ਉਹ ਮੇਰੇ ਲਈ ਤਾਂ ਮੇਰੇ ਪਾਪਾ ਨੇ, ਐਂਡ ਆਈ ਅੰਡਰਸਟੈਂਡ ਕਿ ਉਹ ਦੁਨੀਆਂ 'ਚ ਕਿੱਦਾਂ ਕਾਹਦੇ ਲਈ ਆਏ ਸੀਗੇ, ਐਂਡ ਬਹੁਤ ਛੇਤੀ ਆਪਣੇ ਤੋਂ ਸਾਰਿਆਂ ਤੋਂ ਚਲੇ ਗਏ ਨੇ, ਪਰ ਉਹਨਾਂ ਦੀ ਜਿਹੜੀ ਲੈਗਸੀ ਆ ਉਹ ਹਮੇਸ਼ਾ ਜ਼ਿੰਦਾ ਰਹੂਗੀ। ਜੀ, ਤੁਸੀਂ 7 ਸਾਲ ਦੇ ਸੀ ਜਦੋਂ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਪੰਜਾਬ ਵਿੱਚ, ਹਨਾ, ਖੇਤ ਵਿੱਚ ਮੋਟਰ ਤੇ। ਤੇ ਤੁਸੀਂ ਉਸ ਵੇਲੇ ਦੀ, ਤੁਹਾਡੇ ਤਾਂ ਉਹ ਚੇਤਿਆਂ ਚ ਉਸੇ ਤਰ੍ਹਾਂ ਦੇ, ਓਨਾ ਹੀ ਇੱਕ ਉਮਰ ਦਾ ਪਾਸ਼, ਨੌਜਵਾਨ ਪਾਸ਼, ਯੰਗ ਪਾਸ਼, ਹਨਾ, ਤੁਸੀਂ 7 ਸਾਲ ਦੇ ਸੋ ਜਦੋਂ, ਤੁਹਾਡੀ ਉਹਨਾਂ ਨਾਲ ਕੋਈ ਇਹੋ ਜਿਹੀ ਯਾਦ, ਤੁਸੀਂ ਦਿਲਚਸਪ ਯਾਦ ਸਾਨੂੰ ਸੁਣਾਉਣੀ ਸੁਣਾਉਣੀ ਚਾਹੋਗੇ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਨੂੰ? ਹਾਂਜੀ, ਸੋ ਐਕਚੁਅਲੀ ਜਦੋਂ ਅਸੀਂ ਅਮਰੀਕਾ ਆਏ ਸੀਗੇ, ਮੈਂ 5 ਸਾਲ ਦੀ ਸੀਗੀ, ਤੇ ਫਿਰ ਉਸ ਤੋਂ ਬਾਅਦ ਸਾਲ ਕੁ ਬਾਅਦ ਪਾਪਾ ਚਲੇ ਗਏ ਸੀਗੇ। ਸੋ ਮੇਰੀ ਮੈਮਰੀਜ ਜਿਹੜੀਆਂ ਨੇ ਉਹ ਹੈਗੀਆਂ, ਜੋ ਮੇਰੇ ਮੰਮਾ ਨੇ, ਮੇਰੇ ਦਾਦਾ ਦਾਦਾ ਜੀ, ਮੇਰੇ ਤਾਇਆ ਜੀ, ਮੇਰੇ ਦੋਨੇ ਭੂਆ ਜੀ, ਜੋ ਉਹਨਾਂ ਨੇ ਮੈਨੂੰ ਕਹਾਣੀਆਂ ਦੱਸੀਆਂ ਨੇ, ਉਹ ਮੇਰੀਆਂ ਯਾਦਾਂ ਬਣ ਕੇ ਆਇਆ। ਅਦਰਵਾਈਜ਼ ਤੁਹਾਨੂੰ ਉਹਨਾਂ ਨਾਲ ਜਿਹੜੇ ਬਿਤਾਇਆ ਹੋਇਆ ਸਮਾਂ ਉਹ ਨਹੀਂ ਚੇਤੇ? ਉਹ ਬਹੁਤ ਘੱਟ ਚੇਤੇ ਆ। ਸੋ ਆਈ ਐਮ ਲਿਵਿੰਗ ਥਰੂ ਦ ਮੈਮਰੀਜ਼ ਜਿਹੜੀਆਂ ਉਹਨਾਂ ਨੇ ਮੈਨੂੰ ਦੱਸੀਆਂ ਆ, ਕਹਾਣੀਆਂ। ਵਿੰਕਲ, ਜਿਸ ਤਰ੍ਹਾਂ ਪਾਸ਼ ਨੇ ਬਹੁਤ ਅਧਿਐਨ ਕੀਤਾ ਅਕੈਡੈਮਿਕਲੀ, ਭਾਵੇਂ ਉਹ ਬਹੁਤ ਜ਼ਿਆਦਾ ਯੂਨੀਵਰਸਿਟੀਆਂ ਤੱਕ ਨਹੀਂ ਪੜ੍ਹੇ ਕੋਈ ਕਹਿ ਸਕਦਾ ਹੈ ਨਾ, ਪਰ ਉਹਨਾਂ ਨੇ ਹਰ ਸਟ੍ਰੀਮ ਜਿਹੜੀ ਹੈ ਨਾ, ਸਾਇੰਸ ਤੋਂ ਲੈ ਕੇ, ਫਿਜ਼ਿਕਸ ਤੋਂ ਲੈ ਕੇ, ਜੀਵ ਵਿਗਿਆਨ, ਹੈ ਨਾ, ਬੋਟਨੀ ਤੱਕ ਸਭ ਕੁਛ ਇਹੋ ਜਿਹਾ ਪੜ੍ਹਿਆ ਹੋਇਆ ਸੀ। ਤੇ ਉਹਨਾਂ ਦੀ ਇਹ ਵਾਰਤਕ ਵਿੱਚ ਬਹੁਤ ਕੁਛ ਉਹਨਾਂ ਨੇ ਲਿਖਿਆ, ਤੇ ਕਵਿਤਾ ਤਾਂ ਉਹਨਾਂ ਦੀ ਹੈ ਹੀ, ਜਿਹੜੀ ਭਾਰਤ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀ ਹੈ, ਤੇ ਉਹ ਇੱਕ ਅਜ਼ੀਮ ਹਸਤੀ ਨੇ, ਇੱਕ ਅਜ਼ੀਮ ਸ਼ਾਇਰ ਸਨ, ਹੈ ਨਾ, ਜਿਹੜਾ ਲੋਕਾਂ ਨੂੰ ਗਰਮਜੋਸ਼ੀ ਨਾਲ ਜਿਉਣ ਲਈ ਉਤਸ਼ਾਹਿਤ ਕਰਦੀ ਆ ਉਹਨਾਂ ਦੀ ਕਵਿਤਾ। ਉਹਨਾਂ ਦੀ ਕਵਿਤਾ ਨਿਆਂ ਲਈ, ਲੜਨ ਲਈ ਬੰਦੇ ਨੂੰ ਤਿਆਰ ਕਰਦੀ ਹੈ। ਤੇ ਉਹ ਤੁਸੀਂ ਉਸ ਤਰ੍ਹਾਂ ਉਹਨਾਂ ਕਿੰਨਾ ਕੁ ਉਹਨਾਂ ਵਾਂਗ ਪੜ੍ਹਨ ਦਾ ਤੁਹਾਡਾ ਸ਼ੌਕ ਹੈਗਾ ਆ? ਮੇਰਾ ਜਿੱਦਾਂ ਪਾਪਾ ਕ੍ਰਾਂਤੀਕਾਰੀ ਕਵੀ ਸੀਗੇ, ਮੈਂ ਸੋ ਜਿਹੜਾ ਮੇਰਾ ਪੜ੍ਹਾਈ ਦਾ ਹੈਗਾ ਆ ਕਨੈਕਸ਼ਨ, ਮੈਂ ਟੀਚਰ ਇਨ ਐਜੂਕੇਸ਼ਨ, ਐਂਡ ਆਈ ਹੈਵ ਆਈ ਡਿਡ ਮਾਈ ਬੈਚਲਰਸ ਐਂਡ ਆਈ ਹੈਵ ਅ ਮਾਸਟਰਸ ਡਿਗਰੀ ਇਨ ਐਜੂਕੇਸ਼ਨ। ਸੋ ਮੇਰੀ ਪੜ੍ਹਾਈ ਉਸ ਪਾਸੇ ਗਈ ਸੀ, ਬਟ ਜਿਹੜੀ ਪਾਪਾ ਦੀ ਸੋਚ ਆ, ਪੜ੍ਹਾਈ ਆ, ਇੰਟੈਲੀਜੈਂਸ ਆ, ਉਹਦੀ ਕੋਈ ਕੋਈ ਮੁਕਾਬਲਾ ਨਹੀਂ ਆ, ਕੋਈ ਰੀਸ ਨਹੀਂ ਆ। ਅੱਛਾ, ਤੇ ਤੁਸੀਂ ਆਪ ਪਾਸ਼ ਦੀਆਂ ਕਿਤਾਬਾਂ ਪੜ੍ਹੀਆਂ ਨੇ, ਉਹਨਾਂ ਦੀਆਂ ਕਵਿਤਾਵਾਂ? ਮੈਂ ਉਹਨਾਂ ਦੇ ਪੋਇਮਸ ਪੜ੍ਹੇ ਨੇ, a few of their poems, ਜਿਹੜੇ ਮੇਰੇ ਦਾਦਾ ਜੀ ਨੇ ਪਾਸ਼ ਸਕੂਲ ਸੀਗੀ ਤਲਵੰਡੀ ਸਾਹਿਬ ਦੀ ਸੜਕ, ਉਹ ਜਦੋਂ ਕਲੈਕਟ ਕਰਦੇ ਸੀਗੇ ਆਰਟੀਕਲਸ, ਉਹ ਸਾਰੀਆਂ ਮੈਂ ਉਦੋਂ ਦੇਖਦੀ ਹੁੰਦੀ ਸੀਗੀ ਉਹ ਕੰਮ ਕਰਦੇ। ਜਿਹੜਾ ਮੇਰਾ ਹਿੱਸੇ ਦਾ ਜੀ ਲੈਣਾ ਮੇਰੇ ਦੋਸਤ, that one's really close to me.
ਤੇ ਸਭ ਤੋਂ ਖਤਰਨਾਕ ਵੀ ਕਾਫੀ ਮੇਰੇ ਨਾਲ ਜੁੜਿਆ ਹੋਇਆ ਹੈ। अच्छा, असीं इह तुहाडे तों सुणनी चाहांगे कविता, पर उस तों पहलां क्योंकि तुसीं आपणे दादा जी ने जिहड़ा संपादित कीतियां, कंपाइल कीतियां पाश दियां सारियां रचनावां वार्तक, खास तौर ते इक उहनां नूं संग्रह करके रख दित्ता है तां कि पढ़न वालियां लई सौखा हो जावे। इह उहनां ने सोहण सिंह संधू होरां ने, तुहाडे दादा जी ने, पाश दे पिता जी ने बहुत वड्डा कार्ज कीता सी, ते साहित दा सागर पाश ਅਤੇ ਤਲਵੰਡੀ ਸਲੇਮ ਨੂੰ ਜਾਂਦੀ ਸੜਕ, ਵੱਡ ਅਕਾਰੀ ਵੱਡੇ ਸਾਈਜ਼ ਦੀਆਂ ਕਿਤਾਬਾਂ ਨੇ ਜਿਨ੍ਹਾਂ ਵਿੱਚ ਪਾਸ਼ ਦੇ ਆਰਟੀਕਲਸ ਨੇ, ਬੜਾ ਕੁਝ ਹੈ, ਚਿੱਠੀਆਂ ਵਗੈਰਾ, ਹਨਾ, ਹਰ ਤਰ੍ਹਾਂ ਦੀਆਂ ਯਾਦਾਂ ਉਹਦੇ ਉਹਨਾਂ ਦੇ ਵਿੱਚ ਉਹਨਾਂ ਨੇ ਇਕੱਠੀਆਂ ਕੀਤੀਆਂ। ਤੁਸੀਂ ਵੀ ਫਿਰ ਉਹਨਾਂ ਦੀ ਮਦਦ ਕਰਦੇ ਸੀ ਆਪਣੇ ਦਾਦਾ ਜੀ ਦੀ ਇਹ ਸਾਰੇ ਸੰਗ੍ਰਹਿ ਇਕੱਠੇ ਕਰਨ 'ਚ? ਹਾਂਜੀ, ਜ਼ਿਆਦਾ ਸਭ ਤੋਂ ਜ਼ਿਆਦਾ ਮਿਹਨਤ ਤਾਂ ਪਾਪਾ ਜੀ ਨੇ ਕੀਤੀ ਹੈ, ਬਟ ਮੈਂ ਉਹਨਾਂ ਦੇ ਨਾਲ ਹੁੰਦੀ ਸੀ, ਮੈਂ ਦੇਖਦੀ ਹੁੰਦੀ ਸੀ ਵੀ ਉਹ ਕਿੱਦਾਂ ਕਰ ਰਹੇ ਨੇ, ਕਿੰਨੀ ਮਿਹਨਤ ਕਰ ਰਹੇ ਆ ਟੂ ਕਲੈਕਟ ਦਿਸ, ਟੂ ਕ੍ਰੀਏਟ ਦਿਸ ਬੁੱਕ, ਐਂਡ ਇਹਦੇ ਨਾਲ ਬਹੁਤ ਫਾਇਦਾ ਹੋਇਆ। ਤੇ ਤੁਸੀਂ ਉਹ ਪੜ੍ਹੀਆਂ, ਉਹ ਉਹਨਾਂ ਦੀ ਜਿਹੜੀ ਪ੍ਰੋਸ ਹੈ, ਰਾਈਟਿੰਗਸ ਨੇ ਜਿਹੜੀਆਂ ਉਹਨਾਂ ਦੀਆਂ, ਲੇਖ, ਚਿੱਠੀਆਂ ਵਗੈਰਾ ਦੋਸਤਾਂ ਨੂੰ ਲਿਖੀਆਂ ਹੋਈਆਂ, ਅਸਲ 'ਚ ਚਿੱਠੀਆਂ ਦੇ ਬਹਾਨੇ ਵੀ ਉਸ ਵੇਲੇ ਦੀ ਜਿਹੜੀ ਸੋਸ਼ਲ, ਪੋਲੀਟੀਕਲ ਤੇ ਇਕਨੋਮਿਕ ਸਿਚੁਏਸ਼ਨ ਸੀ ਲੋਕਾਂ ਦੀ, ਆਲੇ ਦੁਆਲੇ ਪਿੰਡ ਦੇ ਲੋਕਾਂ ਦੀ, ਜਾਂ ਸ਼ਹਿਰ ਕਿਸ ਤਰ੍ਹਾਂ, ਜਾਂ ਸਿਆਸਤ ਕਿਸ ਤਰ੍ਹਾਂ ਕੰਮ ਕਰਦੀ ਹੈ, ਤੋ ਤੁਸੀਂ ਉਹ ਸਾਰਾ ਕੁਝ ਪੜ੍ਹਿਆ ਤੇ ਮਹਿਸੂਸ ਕਰਦੇ ਹੋ? ਹਾਂਜੀ, ਜਿਸ ਤਰ੍ਹਾਂ ਮੰਮਾ ਹੁਣੀ ਸਭ ਮੈਨੂੰ ਦੱਸ ਰਹੇ ਸੀ, ਉਹ ਆਈਵ ਲਿਵਡ ਇਟ ਥਰੂ ਦੈਟ ਵੇ। ਅੱਛਾ, ਤੇ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਸ ਤਰ੍ਹਾਂ ਇਸ ਵੇਲੇ ਸਾਡੇ ਭਾਰਤ ਵਿੱਚ, ਇੰਡੀਆ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਹੈ, ਤੇ ਹੋਰ ਜਿੰਨੇ ਵੀ ਵੱਖ ਵੱਖ ਐਜੀਟੇਸ਼ਨਸ, ਭਾਵੇਂ ਬੇਰੁਜ਼ਗਾਰ ਟੀਚਰਾਂ ਦੀਆਂ ਹੋਣ, ਹਰ ਤਰ੍ਹਾਂ ਦੇ, ਜਾਂ ਇੰਪਲਾਈਜ਼, ਕਿਸੇ ਵੀ ਤਰ੍ਹਾਂ ਦੇ ਇੰਪਲਾਈਜ਼, ਜਾਂ ਜਦੋਂ ਲੋਕ ਸੰਘਰਸ਼ ਕਰਦੇ ਨੇ, ਸਟਰਗਲ ਕਰਦੇ ਨੇ, ਐਜੀਟੇਸ਼ਨਸ ਕਰਦੇ ਨੇ, ਤਾਂ ਪਾਸ਼ ਦੀਆਂ ਕਵਿਤਾਵਾਂ ਸਭ ਤੋਂ ਵੱਧ ਵਰਤੀਆਂ ਜਾਂਦੀਆਂ ਨੇ, ਤੇ ਇਸ ਵੇਲੇ ਕਿਸਾਨ ਤਿੰਨ ਐਗਰੀਕਲਚਰਲ ਲਾਅਸ ਜਿਹੜੇ ਨਵੇਂ ਸਾਡੀ ਸੈਂਟਰ ਗਵਰਨਮੈਂਟ ਨੇ ਲਿਆਂਦੇ ਸੀ, ਉਹਨਾਂ ਦੇ ਖਿਲਾਫ ਦਿੱਲੀ ਦੇ ਬਾਹਰ ਬਾਰਡਰਾਂ ਤੇ ਬੈਠੇ ਨੇ, ਤੇ ਉੱਥੇ ਵੀ ਪਾਸ਼ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਉੱਥੇ ਮੋਰਚਿਆਂ ਤੇ ਲਿਖ ਕੇ ਲਾਈਆਂ ਹੋਈਆਂ ਨੇ। ਤੇ ਜਦੋਂ 26 ਨਵੰਬਰ ਨੂੰ 2020 ਨੂੰ ਲੋਕ ਦਿੱਲੀ ਵੱਲ ਤੁਰੇ ਸੀ, ਕਿਸਾਨ ਦੇ ਹੋਰ ਕਿਰਤੀ ਲੋਕ, ਇਹ ਕਾਨੂੰਨ ਰੱਦ ਕਰਾਉਣ ਲਈ, ਸਰਕਾਰ ਨੂੰ ਮਨਾਉਣ ਲਈ, ਤਾਂ ਉਦੋਂ ਵੀ ਉਹਨਾਂ ਦੇ ਹੱਥਾਂ ਵਿੱਚ ਜਿੱਥੇ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀਆਂ ਤਖਤੀਆਂ ਚੁੱਕੀਆਂ ਹੋਈਆਂ ਸੀ, ਉਹਨਾਂ ਦੇ ਲਿਖੇ, ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ, ਕੋਟੇਸ਼ਨਸ ਦੀਆਂ ਤੇ ਮਾਟੋ ਲਿਖੇ ਹੋਏ ਸੀ ਉਹਨਾਂ ਨੇ ਤਖਤੀਆਂ ਦੇ ਉੱਤੇ, ਨੌਜਵਾਨਾਂ ਨੇ ਖਾਸ ਤੌਰ ਤੇ, ਪੇਂਡੂ ਲੋਕਾਂ ਨੇ ਖਾਸ ਤੌਰ ਤੇ, ਤਾਂ ਉਹ ਉਹਨਾਂ ਵਿੱਚ ਪਾਸ਼ ਦੀਆਂ ਤਸਵੀਰਾਂ ਤੇ ਪਾਸ਼ ਦੀਆਂ ਕਵਿਤਾਵਾਂ ਵੀ ਸ਼ਾਮਲ ਸਨ, ਤੇ ਤੁਸੀਂ ਉਸ ਕਿਸਾਨ ਅੰਦੋਲਨ ਬਾਰੇ ਕਿਸ ਤਰ੍ਹਾਂ ਸੋਚਦੇ ਹੋ? ਹਾਂਜੀ, ਮੈਂ, ਮੇਰੀ ਸਾਰੀ ਫੈਮਿਲੀ, ਅਸੀਂ ਕਿਸਾਨਾਂ ਦੇ ਨਾਲ ਆ, ਸਾਡੀ ਫੁੱਲ ਸਪੋਰਟ ਆ, ਸਾਨੂੰ ਖੁਸ਼ੀ ਹੁੰਦੀ ਵੀ ਉਹ ਆਪਣੇ ਹੱਕ ਲਈ ਲੜ ਰਹੇ ਆ, ਤੇ ਜੋ ਮੇਰੇ ਪਾਪਾ ਦੇ ਪੁਆਇੰਟਸ ਵਿੱਚ ਇੱਕ ਬਹੁਤ ਵੱਡਾ ਮੁੱਦਾ ਆ, ਦੈਟਸ ਅ ਬਿਗ ਰੀਜ਼ਨਿੰਗ, ਤੇ ਜਿਹੜਾ ਉਹਨਾਂ ਦੇ ਲਾਈਨਸ ਲੈ ਕੇ ਕੰਧਾਂ ਤੇ ਮੈਂ ਦੇਖਿਆ, ਲਿਖਿਆ ਹੋਇਆ ਪੋਸਟਰਸ ਤੇ ਦੇਖਿਆ, ਤੇ ਆਈ ਐਮ ਕੰਪਲੀਟਲੀ ਆਨਰਡ, ਤੇ ਮੈਨੂੰ ਇੰਨਾ ਫਕਰ ਮਹਿਸੂਸ ਹੁੰਦਾ ਹੈ ਵੀ ਪਾਪਾ ਦੀ ਲੈਂਗੁਏਜ ਸਾਹਮਣੇ ਆ ਰਹੀ ਹੈ ਇੱਕ ਵਾਰੀ ਫਿਰ। ਤੇ ਸਭ ਤੋਂ ਵੱਡੀ ਗੱਲ ਮੇਰੇ ਲਈ ਹੈਗੀ ਆ ਵੀ ਉਹ ਸਾਰੇ ਲੜ ਰਹੇ ਆ, ਆਈ ਮੀਨ ਦੇਅਰ ਇਜ਼ ਫੋਰ ਐਨ ਅੰਡਰਸਟੈਂਡਿੰਗ, ਫਿਰ ਉਹ ਆਪਦੇ ਦੇ ਅੰਡਰਸਟੈਂਡਿੰਗ ਲਾਈਕ ਹਾਊ ਟੂ ਸਟੈਂਡ ਅਪ ਫੋਰ ਦੈਮਸੈਲਵਸ। ਜਾਣੀ ਕਿ ਤੁਸੀਂ ਆਪਣੇ ਪਾਪਾ ਦੇ ਮਿਸ਼ਨ ਨੂੰ ਸਪੋਰਟ ਵੀ ਕਰਦੇ ਹੋ ਤੇ ਨਾਲ ਨਾਲ ਵੀ ਖੁਸ਼ੀ ਮਹਿਸੂਸ ਕਰ ਰਹੇ ਹੋ ਜਦੋਂ ਲੋਕੀ ਕਿਤੇ ਵੀ ਦੁਨੀਆ ਦੇ ਕਿਸੇ ਵੀ ਏਰੀਆ ਵਿੱਚ ਆਪਣੇ ਹੱਕਾਂ ਲਈ ਲੜਦੇ ਨੇ। ਤਾਂ ਤੁਸੀਂ ਕੋਈ ਅਮਰੀਕਾ ਵਿੱਚ ਤੁਸੀਂ ਇਹੋ ਜਿਹਾ ਕੋਈ ਇਕੱਠ ਕੀਤਾ ਕਿਸਾਨਾਂ ਦੇ ਹੱਕ ਵਿੱਚ? ਤੁਸੀਂ ਕਿਸੇ ਇਹੋ ਜਿਹੇ ਇਕੱਠ ਵਿੱਚ ਸ਼ਾਮਲ ਹੁੰਦੇ ਹੋ? ਹਾਂਜੀ, ਇੱਥੇ ਸੈਨ ਫਰਾਂਸਿਸਕੋ ਹੁੰਦੇ ਆ, ਕੱਟ ਹੁੰਦੇ ਆ, ਯੂਬਰ ਸਿਟੀ ਵਿੱਚ ਹੋਇਆ ਆ, ਕਾਫੀ ਡਿਫਰੈਂਟ ਸਿਟੀਜ਼ ਹੁੰਦਾ, ਸੋ ਜਦੋਂ ਕੋਈ ਹੁੰਦਾ ਆ ਪ੍ਰੋਟੈਸਟ ਅਸੀਂ ਜਾਣੇ ਹੁੰਦੇ ਆ। ਅੱਛਾ, ਤੁਸੀਂ ਪਾਪਾ ਦੀ ਜ਼ੁਬਾਨ ਦੀ ਗੱਲ ਕੀਤੀ, ਤੇ ਤੁਹਾਡੇ ਪਾਪਾ ਨੇ ਸਾਰਾ ਕੁਝ ਪੰਜਾਬੀ ਵਿੱਚ ਲਿਖਿਆ, ਬਹੁਤਾ ਕੁਝ, ਹੈ ਨਾ, ਤੇ ਇਹ ਤਾਂ ਵੱਖਰੀ ਗੱਲ ਹੈ ਕਿ ਦੇਸ਼ ਦੀਆਂ ਹੋਰ ਭਾਸ਼ਾਵਾਂ ਵਿੱਚ ਉਹਨਾਂ ਨੂੰ ਟਰਾਂਸਲੇਟ ਕੀਤਾ ਗਿਆ, ਸਭ ਤੋਂ ਵੱਧ ਟਰਾਂਸਲੇਟ ਹੋਏ, ਬਹੁਤ ਵੱਡੇ ਪੱਧਰ ਤੇ ਟਰਾਂਸਲੇਟ ਹੋਏ ਤੇ ਪੜ੍ਹੇ ਗਏ ਕਵੀ ਨੇ, ਤੇ ਤੁਹਾਨੂੰ ਪੰਜਾਬੀ ਜ਼ੁਬਾਨ ਬਾਰੇ, ਜਾਂ ਜਿਹੜੇ ਖੇਤਾਂ ਦੀ ਗੱਲ ਕਰਦੇ ਰਹੇ ਨੇ ਪਾਸ਼, ਜਿਹੜੇ ਖੇਤਾਂ, ਪਿੰਡਾਂ, ਫਿਰਨੀਆਂ ਦੀ ਗੱਲ ਕੀਤੀ, ਤੇ ਜਿਹੜੇ ਆਮ ਸ਼ਹਿਰ ਦੀ ਕਿਰਤੀਆਂ ਦੀ ਗੱਲ ਕੀਤੀ, ਕਦੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਉਹ ਪਿੰਡ ਹੌਂਟ ਕਰਦਾ, ਤੁਹਾਡੇ ਚੇਤਿਆਂ ਚ ਆਉਂਦਾ ਉਹ ਪਿੰਡ ਜਿੱਥੇ ਤੁਹਾਡੇ ਪਾਪਾ ਨੇ ਆਪਣਾ ਬਹੁਤਾ ਸਮਾਂ ਬਿਤਾਇਆ ਸੀ, ਬਚਪਨ ਬਿਤਾਇਆ, ਵੱਡੇ ਹੋਏ, ਅਧਿਐਨ ਕੀਤਾ, ਉਸ ਬਾਰੇ ਚ ਬੈਠ ਕੇ ਪਿੰਡ ਵਾਲੇ ਘਰ ਦੇ ਚ ਬਾਰੇ ਚ, ਤਲਵੰਡੀ ਸਲੈਮ ਦੇ?
वो सब तो पहले मैं कहना चाहूंगी, मेरी मम्मा ने सब, मेरी सारी फैमिली ने पूरी कोशिश की है, जेडी पंजाबी अपनी माँ बोली है वो तुसी कदे भी नहीं भुलना, जिन्ने मर्जी साल अमेरिका च रह लो। सो वो असी घरे जरूरी है भी घरे असी पंजाबी बोलते हैं, ते गां हुण मेरे दो बच्चे ने ते उन्हां नूं भी मैं ये सिक्ख्या दिंदी हां भी अपनी पंजाबी नहीं कदे भुलनी, क्योंकि वो ही अपना वजूद हुंदा है। एंड जिहड़ा साडा घर है तलवंडी सैम, वो मैनू हॉन्ट तो बिल्कुल नहीं करता, तो मैनू हैप्पीनेस ही हॉट, मिलती मैं है शब्द, उस सॉरी मैं घर हॉट शब्द गलत वरत गई सर। मैं ये कहना चाहती सी कि चेतियां विच आंदा है तुहाडे कि जदों पापा नूं चेते करदे हो, पापा नूं वैसे तां भुल्लण वाले नहीं हैगे, है ना। हाँ पापा नूं जी भुल्लिया जी भुलाया नहीं जा सकदा, कोई भी अपने फादर नूं भुला नहीं सकदी, ते ओह तां हमेशा ही याद रहिंदे ने। पर जदों कोई गल हुंदी है तां तुहानूं ओह घर याद आउंदा होएगा कि जिथे तुहाडे पापा साह लैंदे सी, जिथे उहनां बौद्धिक तौर ते इन्ने अमीर होए पढ़ पढ़ के। मेरा मतलब ये सी, हॉन्ट गलत शब्द वरत गई सी मैं, सॉरी। हाँ जी, नो इट्स ओके। जो असं इतने जाने होंने, दैट्स द बेस्ट फीलिंग फॉर मी, क्योंकि मैं आप खुद महसूस करना चाहनी हाँ भी वो गलियां चो लंघ के, वो खेतों के बिच जिथे वो असैसिनेट होया, वो सारा कुछ मैं उत्थे तुर तुर के जाती सी भी शायद मेरे पापा उन्होंने मैं महसूस कर सकता उस तरीके ना जो कदम महसूस नहीं होया। साडे टीवी पंजाब दे दर्शकां नूं वैसे तां सब नूं पता ही है, मैं दस देना चाहुंदी हां कि 23 मार्च 1988 नूं पाशौरां नूं उहनां दे इक दोस्त दे नाल मोटर ते शहीद कर दित्ता गया सी, कत्ल कर दित्ता गया सी जदों उह अमेरिका तों भारत परते सन। ते तुसी किसान अंदोलन दी तां हमायत करदे रहे हो, तुसी नाल भी जांदे रहे हो, है ना। ते जदों हुण तुसी अपने बच्चिआं दी गल कर रहे हो, हाँ पाश जी जो है ना पंजाब, पाश जो लोकां दा कवि है, लोकां नूं अग्गे जिउण लई जिउण दा इक जिहड़ी इक तंद हुंदी है, वो आस दी तंद हुंदी है कि वो उहनां दी आस दी तंद बनाई रखदी है पाश दी कविता, किरती लोकां दी, थुड़ा मारे जूझ रहे लोकां दी। ते तुसी अपने बच्चिआं नूं पाश, नाना नाना जी पाश बारे किस तरह दस्सदे हो, जां वो किन्ना क जाणदे ने अपने पाश नाले नूं? हाँ जी, ओ बहुत जानते हैं टू क्वाइट एन एक्सटेंट, क्योंकि असी घरे गल्लां करते हुंने हां, उन्हां नूं मैं दोनों वेबसाइट्स दिखाईयां ने। जदों अरमान हुण 4th ग्रेड विच पढ़दा है, ते उन्हां दी क्लास दी असाइनमेंट सीगी भी तुसी आर्ट कर सकदे हैं, फ्री फ्री आर्ट। ते उन्हें की कीता, उन्हें फार्मर्स प्रोटेस्ट दे फोटो बनाए, किसी फोटो बनाई? फार्मर्स प्रोटेस्ट, वी सपोर्टिंग द अच्छा, फार्मर्स फार्मर्स। प्रोटेस्ट, हाँ, जी, तो अच्छा। उन्हें उन्हें सपोर्टिंग द फार्मर्स का साइन बनाया, तो फिर उन्हें अच्छा दस्या भी मेरे ग्रैंडफादर की ओ की चीफ सिगे, ओ इंडी पंजाब ली की चीफ सिगे। एंड अच्छा उन्हें आल्सो उन्हें कंपेयर कीता इतने मार्टिन लूथर किंग जूनियर नो, क्योंकि दोनों इंसान इक्वालिटी लिए लड़ते सी, हक लिए लड़ते सी। सो इन्हें पता है अभी इन्हें बच्चा बच्चे की सी। हाँ जी सो ये बहुत खूबसूरत। हाँ, जी, तुसी जारी रखो गल। हाँ, मैं ये कहना सी भी इस साड़ी जिम्मेवारी है भी गां आने वाली पीढ़ी नु सिखाइए भी वो पापा की सी। सो ये बहुत खूबसूरत गल है कि तुहाडा बेटा अरमान, जिसने कि अपने स्कूल दी असाइनमेंट विच छोटे जे अरमान ने, पाश दे दोते ने, छोटे जे अरमान ने किसान एजिटेशन दा मतलब जिहड़ी फ्री हैंड पेंटिंग कीती ते अपने नाना जी बारे दसण दी कोशिश कीती। ते विंकल, की तुसी भी लिखदे हो कविता जां कुछ भी होर कहानी, जां कोई से भी लिटरेचर दी किसी भी फॉर्म विच तुसी कुछ करते हो क्रिएटिव काम? हाँ जी, बाला नहीं पर मैनू शौक है शेर शायरी दा, सो मैं इस अच्छा। एरिया विच के जानी है, बट मेरी जानवर थोड़ी ते डिफरेंट है। हाँ नहीं, कोई गल नहीं, कि तुसी साडे नाल साझा कर सकते हो कुछ, के जे नहीं तुसी वो कंफर्टेबल फील करते हो। अच्छा, हाँ ते
ठीक है ठीक है। ते पाश दा काम जिस तरह भारत दीयां बहुत सारियां भाषावां विच ट्रांसलेट हुए है, कि तुसी कदी कोशिश कीती है कि तुहानू अपनी पसंद दी कोई भी उहनां दे अपने पापा दी कविता जां कोई होर लेख, कोई कोई चिट्ठी तुसी अंग्रेजी च ट्रांसलेट करना चाहुंदे होवो, जां क्योंकि तुसी जिहड़े मुल्क विच रह रहे हो उत्थे अंग्रेजी तुहाडी इक तरह फर्स्ट लैंग्वेज है, ते मोर ओवर जित्थों तक मेरी जानकारी है तुसी इंग्लिश विच मास्टर्स हो, एमए कीती हुई है, ते की तुसी कदे सोचिया ट्रांसलेट करने बारे, जां कीता है कुछ छोटा मोटा कुछ भी उन्होंने कोई काम? नहीं, मैं उन्हां दे कोई ट्रांसलेट नहीं कीता, बट जेड़े जेड़ा पोइम्स मैनू पसंद है वो मैं पंजाबी च ही समझदी हाँ। जी अच्छा। ते जिस तरह तुहाडे दादा जी ने बहुत सारा काम कंपाइल किया पाश दा, ते तुसी कदे सोचिया कि तुसी अपनियां यादां अपने पापा बारे लिखो, जिहड़ा दुनिया लई बहुत वड्डा कवि सी, ते लोकां दी जिहड़ा आस नूं जगाउंदा सी, लोकां नूं नताणे ते निराश नहीं सी होण दिंदी, जिहदी कविता नूं जिस नूं पंजाब दा पाबलो नरूदा कहा जांदा है पाश नूं, ते तुसी उन्हां बारे कोई यादां अपनियां लिखण बारे कदी सोचिया? हाँ जी, मैं स्प्रेडशीट शुरू किया है जिहड़ी अच्छा मैं मेरी खुद दियाँ मेमोरीज ने पापा दियाँ जो मम्मा होना ने सब ने दसियाँ वो मैं चलो नोट्स बना के मैं रखे अभी मैं कहाँ बच्चियाँ नू भी दे सकाँ। ते तुसी सानू हुण की सुनाओगे पाशुराम दा, कोई भी तुहाडी अपनी पसंद दी कविता? असीं चाहुंदे हां कि पाश दी धी 9 सितंबर नूं कविता पढ़े, पर उस तो पहला तुसी ये दसो कि 9 सितंबर नूं तो जी तुसी अपने परिवार वालों कुछ खास करदे हो, तुहाडे माता जी राजविंदर जां तुहाडियां दोवें भूआ पम्मी बहन जी ते तुहाडे फुफड़ जां ताया जी होरी कुछ करदे हो खास तौर ते 9 सितंबर नूं, कोई स्पेशल कुछ? हाँ जी, 9 सितंबर नूं सो मेरे पापा नूं फुल्लां दा नेचर दा बहुत शौक सीगा शुरू तों, ते उहनां नूं नर्चर करना, उहनां नूं मेनटेन करना, सो ओह जिहड़े उहनां दे उत्थे प्लांट्स हुंदे सी इंडिया विच मम्मा दस्सदे सी हुंदे सी, सो ओह गल असीं इत्थे शुरू कीती है वी कई सालां तों, असीं उहनां दे बर्थडे ते प्लांट लियाउने हुंने घरे अच्छा ते उन्होंने फिर शाम दे हमने उन्हें पानी देने हमने जस्ट टू कंटिन्यू जो पापा पसंद करते सीगे। जी, सो पाश फुल्लां दे खूबसूरती दे कुदरत दी खूबसूरती दे शदाई सन, ते ओह चाहुंदे सी कि किरतियां दी चंगी जिंदगी होवे, चंगी जिंदगी उहनां दा अधिकार है। ते तुसी अपने वल्लों कुछ होर सानूं कहना चाहुंदे हो विंकल पाश होरां बारे, जां कुछ भी अपने अपना कोई ख्याल सानूं दसना चाहुंदे हो, साडे नाल सांझा करना चाहुंदे हो 9 सितंबर ते पाश दे जन्मदिन दे दिहाड़े ते? हाँ जी, मैं पापा दी पोएम थोड़ा जेड़ा पार्ट मेरे दिल नू छूंदा है मैं वो सुनाना जी जी चाहनी हाँ। जी जी सो आपां सुणदे हां टीवी पंजाब दे दर्शकां लई, इह बहुत माण वाली गल है कि असीं पाश दी कविता पाश दी धी विंकल दी जुबानी सुणांगे। हां जी विंकल। सो कविता दा नाम है सब तो खतरनाक। किरत दी लुट सब तो खतरनाक नहीं हुंदी, पुलिस दी कुट सब तो खतरनाक नहीं हुंदी, किरदारी लोभ दी मुठ सब तो खतरनाक नहीं हुंदी, बैठे सुत्यां फड़े जाना बुरा तां है, डरू जे चुप विच मरे जाना बुरा तां है, पर सब तो खतरनाक नहीं हुंदा। सब तो खतरनाक ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰੋਂ ਤੋਂ ਨਿਕਲਣਾ ਕੰਮ ਤੇ ਕੰਮ ਤੋਂ ਘਰ ਜਾਣਾ, ਸਭ ਤੋਂ ਖਤਰਨਾਕ ਹੁੰਦਾ ਹੈ ਤੁਹਾਡੇ ਸੁਪਨਿਆਂ ਦਾ ਮਰ ਜਾਣਾ, ਸਭ ਤੋਂ ਖਤਰਨਾਕ ਉਹ ਘੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਜੋ ਚਲਦੀ ਹੋਈ ਵੀ ਤੁਹਾਡੀ ਨਜ਼ਰ ਲਈ ਖੜੀ ਹੁੰਦੀ ਹੈ। इट्स वेरी ट्रू। सब तो खतरनाक वो अख हुंदी है जो सब कुछ वेखदी होई भी ठंडी अख हुंदी है, जिस दी नजर दुनिया नू मोहब्बत नाल चूमना ही भुल जांदी है,
सब तो खतरनाक हुंदा है तुहाड़े सुपनिया दा मर जाना। सो सब तो खतरनाक हुंदा है साडे सुपनिया दा मर जाना, ते पाश सुपनिया दा जिवें आपां पहले गल कर चुके हां, चंगी जिंदगी दा, किरतियां दी किरत दी कदर दा शदाई सी। ते विंकल तुसी सानू समां दित्ता, विशेष तौर ते जदों साडे दिन ते रात दे फासले ने है ना साडे मुल्कां विच, तुसी पाश दे जन्म दे दिन ते 9 सितंबर नूं ये बहुत वधिया सानू समां दित्ता आ, ते अपने बच्चियां दा समां चोरी करके सानू दित्ता, असीं उहदे लई तुहाडे बहुत धन्नवादी आ। ते पाश दे जन्म दिन दी असीं टीवी पंजाब दे सारे सुनण वालियां नूं वधाई कहने आ, ते विंकल नूं भी वधाई कहने आ। थैंक यू विंकल, बहुत शुक्रिया। मैं तुहाडा भी धन्नवाद करना चाहुंदी हां, तुहानू तुसी सानूं ये मौका दित्ता, ते थैंक यू वेरी मच, आई रियली अप्रिशिएट इट। सो तुसी सारे टीवी पंजाब देख रहे हो, असी तुहाडी पाश दी धी विंकल नाल ये एक विशेष गलबात सुनाई है, विशेष गलबात आपां कीती है, क्योंकि विंकल बहुत ज्यादा टीवी ते आउणा किते भी आउणा पसंद नहीं करदे। सो सानू ये माण महसूस हो रहा है विंकल नाल गलबात करके, अपने टीवी पंजाब दे दर्शकां लई टीवी ते ये गलबात करके। ते तुसी टीवी पंजाब देखदे रहो, अगे साडियां ये वीडियो शेयर भी करदे रहो, असी होर भी अपने ਨੋ ਚੰਗੇ ਤੋਂ ਚੰਗੇ ਇਹੋ ਜਿਹੀ ਅਜ਼ੀਮ ਹਸਤੀਆਂ ਨੂੰ ਤੁਹਾਨੂੰ ਮਿਲਾਉਂਦੇ ਰਵਾਂਗੇ। ਤਦ ਤੱਕ ਲਈ ਬਹੁਤ ਸ਼ੁਕਰੀਆ ਜੀ, ਮਿਹਰਬਾਨੀ।